ਸਾਸ਼ਟਿਕਾਲ ਦੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਯੰਮੀ ਯੰਮੀ ਚੀਜ਼ ਕੌਰਨ ਸੈਂਡਵਿਚ ਦੀ ਰੈਸিপি ਸਭ ਤੋਂ ਪਹਿਲਾਂ ਇੱਕ ਕਟੋਰੇ ਵਿੱਚ ਅਸੀਂ ਬੋਇਲਡ ਕੌਰਨਸ ਪਾਨੇ ਨੇ ਉਨੀ ਮਾਤਰਾ ਵਿੱਚ ਬਰੀਕ ਕੱਟੇ ਪਿਆਜ਼ ਵੀ ਪਾਨੇ ਨੇ ਫਿਰ ਅਸੀਂ ਪਾਣੀ ਦੋ ਵੱਡੇ ਚਮਚ ਮਾਇਓਨੈਸ ਸੌਸ ਮਾਇਓਨੈਸ ਪਾਉਣ ਤੋਂ ਬਾਅਦ ਅਸੀਂ ਆਪਣੀ ਪੀਜ਼ਾ ਉਸ ਪਾਸਤਾ ਸੌਸ ਪਾਵਾਂਗੇ ਅਸੀਂ ਇੱਕ ਚਮਚ ਪਾਈ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਫਿਰ ਅਸੀਂ ਤੰਦੂਰੀ ਮਾਇਓਨੈਸ ਪਾਈ ਇਹ ਨਾਲ ਇੱਕ ਵਧੀਆ ਜਿਹਾ ਤੰਦੂਰੀ ਫਲੇਵਰ ਆਂਦਾ ਹੈ ਉਸ ਤੋਂ ਬਾਅਦ ਅਸੀਂ ਨਮਕ ਪਾਇਆ ਆਪਣੇ ਸਵਾਦ ਅਨੁਸਾਰ ਤੁਸੀਂ ਕਾਲੀ ਮਿਰਚ ਵੀ ਪਾਣੀ ਆਪਣੇ ਸਵਾਦ ਅਨੁ ਇਦੇ ਉੱਤੇ ਚਿਲੀ ਫਲੇਕਸ ਵੀ ਪਾਈ ਸਾਡੇ ਕੋਲ ਓਰੀਗানো ਨੀਸੀਸ ਕਰਕੇ ਅਸੀਂ ਉਹਨਾਂ ਨਾਲ ਹੀ ਕੰਮ ਚਲਾ ਲਿਆ ਫਿਰ ਇਸ ਬੈਟਰ ਨੂੰ ਸੀ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਉਸ ਤੋਂ ਬਾਅਦ ਇਹਨੂੰ ਅਸੀਂ ਬ੍ਰੈਡ ਸਲਾਈਸ ਤੇ ਲੈਣਾ ਹੈ ਫਿਰ ਇੱਕ ਚੀਜ਼ ਸਲਾਈਸ ਰੱਖਣੀ ਦੂਸਰਾ ਬ੍ਰੈਡ ਰੱਖ ਕੇ ਤੋਸਟ ਨੂੰ ਤੇਸੀ ਘਿਓ ਨਾਲ ਗ੍ਰੀਸ ਕਰਨਾ ਹੈ ਬ੍ਰੈਡ ਉੱਤੇ ਵੀ ਤੇਸੀ ਘਿਓ ਲਾ ਸਕਦੇ ਹੋ ਫਿਰ ਜਦੋਂ ਬਣ ਜੀਗਾ ਉਦੋਂ ਦਾ ਚੀਜ਼ ਪੂਲ ਵੇਖਿਓ ਬਹੁਤ ਵਧੀਆ ਹੋਏਗਾ ਤੇ ਸੱਚੀ ਬਹੁਤ ਜ਼ਿਆਦਾ ਯਮਮੀ ਬਣੇ ਸੰ ਬੱਚੇ ਵੀ ਇਸ ਰੈਸਪੀ ਨੂੰ ਬਣਾ ਸਕਦੇ ਨੇ ਤੇ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਥੈਂਕ ਯੂ ਬਾਏ ਬਾਏ